ਸੇ ਅਗੇਨ ਕਿੰਨੇ ਫੁੱਟ ਦਾ ਤੇ ਗੱਲ ਰਹਿ ਗਿਆ 165 ਫੁੱਟ ਦਾ ਹਾਂ ਹਾਂ ਤੇ ਇੱਥੇ ਜਦੋਂ ਕਿੱਥੇ ਜਿਹੜਾ ਬੋਰਡ ਦੇ ਉੱਪਰ ਜਿਹੜਾ 165 ਫੁੱਟ ਦਾ ਤਿਰੰਗਾ ਜਿਹੜਾ ਲਹਿਰਾਇਆ ਸੈਨੀ ਵਾਲਾ ਬਾਰਡਰ ਦੇ ਉੱਤੇ ਇੱਥੇ ਕਿਉਂਕਿ ਜਦੋਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਕਰਕੇ ਥੋੜ੍ਹਾ ਜਿਹਾ ਰੀਟ੍ਰੀਟ ਸੈਰੇਮਨੀ ਟੈਂਪਰੇਰੀ ਬੰਦ ਹੋਈ ਵੀ ਹੈ ਅਦਰਵਾਈਜ਼ ਜਦੋਂ ਰੀਟ੍ਰੀਟ ਸੈਰੇਮਨੀ ਹੁੰਦੀ ਹੈ ਤਾਂ ਬਹੁਤ ਲੋਕ ਆਉਂਦੇ ਆ ਦੇਖਣ ਵਾਸਤੇ ਤੋ ਆਉਂਦੇ ਨੇ ਤਾਂ ਉੱਥੇ ਦੇਖਿਆ ਦੇਸ਼ ਭਗਤੀ ਦੇ ਗਾਣੇ ਚੱਲ ਰਹੇ ਹੁੰਦੇ ਨੇ ਔਰ ਬੜੇ ਨਾਰੇ ਵੀ ਦੇਸ਼ ਭਗਤੀ ਦੇ ਲੱਗ ਰਹੇ ਹੁੰਦੇ ਨੇ ਤੋ ਉਹਨਾਂ ਦੇ ਵਿੱਚ ਜਿਹੜੀ ਪੈਟਰੋਟਿਜ਼ਮ ਦੀ ਸਪਿਰਿਟ ਹੈ ਉਸ ਨੂੰ ਹੋਰ ਵਧਾਉਣ ਵਾਸਤੇ ਤਾਂ ਇਹ ਇੱਥੇ 165 ਫੁੱਟ ਦਾ ਜਿਹੜਾ ਤਿਰੰਗਾ ਲਾਇਆ ਤਾਂ ਕਿ ਜਿਹੜੇ ਵੀ ਇੱਥੇ ਦੇਖਣ ਵਾਸਤੇ ਆਉਂਦੇ ਨੇ ਬਾਹਰੋਂ ਲੋਕ ਉਹ ਆਉਂਦੇ ਵੀ ਔਰ ਜਾਂਦੇ ਵੀ ਦੇਖ ਕੇ ਜਾਣ ਔਰ ਉਹਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ। ਭਾਜੀ ਕਿੰਨੇ ਫੁੱਟ ਦਾ ਜਿਹੜਾ ਤਿਰੰਗਾ ਇੱਥੇ ਫਰਾਇਆ ਗਿਆ ਹੁਸੈਨੀ ਵਾਲਾ ਪਾਤਸ਼ਾਹ ਸੀਮਾ ਤੇ 165 ਫੁੱਟ ਦਾ ਜੀ। ਮੈਂ ਇੱਥੇ ਸਾਹਿਬ ਭਗਤ ਸਿੰਘ ਜੀ ਦੀ ਸਮਾਧ ਤੇ ਪਵਿੱਤਰ ਸਮਾਧਾ ਤੇ ਆਉਂਦਾ ਸੀ, ਰਾਜਗੁਰੂ ਤੇ ਸੁਖਦੇਵ ਜੀ ਸਮਾਧ ਤੇ ਆਉਂਦਾ ਸੀ। ਇੱਥੋਂ ਮੈਨੂੰ ਪ੍ਰੇਰਣਾ ਮਿਲਦੀ ਸੀ ਹਮੇਸ਼ਾ ਹੀ ਕਿ ਸਾਡੇ ਦੇਸ਼ ਦਾ ਜਿਹੜਾ ਝੰਡਾ ਹੈ ਉੱਚਾ ਹੋਣਾ ਚਾਹੀਦਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜੀ ਹੋਵੇ। ਜਦੋਂ ਮੈਂ ਪਿਛਲੇ ਸਾਲ ਇੱਥੇ ਆਇਆ ਸੀ ਮੈਨੂੰ ਪਤਾ ਲੱਗਿਆ ਕਿ ਪਾਕਿਸਤਾਨ ਦਾ ਝੰਡਾ ਜਿਹੜਾ 140 ਫੁੱਟ ਹੈ। ਫਿਰ ਮੈਂ ਉਸ ਦਿਨ ਇੱਕ ਆਪਦੇ ਮਨ 'ਚ ਪ੍ਰੇਰਣਾ ਲੈ ਗਿਆ ਸੀ ਕਿ ਮੇਰੇ ਦੇਸ਼ ਦਾ ਝੰਡਾ ਜਿਹੜਾ ਅਸੀਂ 165 ਫੁੱਟ ਲਗਾਵਾਂਗੇ। ਮੇਰੇ ਹਿਸਾਬ ਦੇ ਨਾਲ ਨੌਰਥਨ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਹੈ, ਉੱਚਾ ਝੰਡਾ ਹੈਗਾ। ਸਾਡੇ ਦੇਸ਼ ਦਾ ਝੰਡਾ ਮਾਨ ਸਨਮਾਨ ਹਮੇਸ਼ਾ ਉੱਚਾ ਰਹਿਣਾ ਚਾਹੀਦਾ, ਇਹ ਕਸੂਰ ਤੋਂ ਵੀ ਦਿਖਾਈ ਦੇਗਾ। ਇਹਦੇ ਨਾਲ ਨਾਲ ਇੱਕ ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ ਕਿ ਪਾਕਿਸਤਾਨ ਜਿਹੜੇ ਮਾੜੇ ਕੰਮ ਕਰ ਰਿਹਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ, ਕਿਉਂਕਿ ਅਸੀਂ ਆਪਸ ਸਾਰੇ ਇਕੱਠੇ ਹੀ ਸੀਗੇ। ਇਸ ਕਰਕੇ ਸਨ 1971 ਤੋਂ ਪਹਿਲਾਂ ਇੱਥੋਂ ਟ੍ਰੇਡ ਚੱਲਦਾ ਸੀਗਾ, ਉਹ ਟ੍ਰੇਡ ਜਿਹੜਾ ਸੀਗਾ ਇੱਕ ਭਾਈਚਾਰੇ ਦਾ ਸੰਦੇਸ਼ ਲਿਆਉਂਦਾ ਸੀ। ਅੱਜ ਅਸੀਂ ਉਹਨਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਆਪਾਂ ਟ੍ਰੇਡ ਦੁਬਾਰਾ ਚਲਾਈਏ, ਭਾਈਚਾਰੇ ਦਾ ਸੰਦੇਸ਼ ਜਿਹੜਾ ਹੈਗਾ ਉਹਨੂੰ ਅੱਗੇ ਵਧਾਈਏ। ਜੀਸੀਬੀ ਦੇ ਕੋਲ ਜਿਹੜਾ ਲਹਿਰਾਇਆ ਗਿਆ ਸੀਗਾ, ਦੇਖੋ ਗੱਲ ਇਹ ਕਿ ਸਭ ਤੋਂ ਵੱਡੀ ਸ਼ਾਨ ਹੀ ਸਾਡੀ ਜੇਸੀਬੀ ਹੈ, ਅਸੀਂ ਉੱਥੇ ਖੜ੍ਹੇ ਹੋਏ ਹਾਂ। ਅਗਰ ਦੇਖਿਆ ਜਾਏ ਤਾਂ ਇਸ ਦੁਨੀਆ 'ਚ ਕੁਛ ਨਹੀਂ ਲੈ ਕੇ ਜਾਣਾ, ਜੇ ਸਭ ਕੁਛ ਜੋ ਕੁਛ ਹੈ ਤੁਹਾਡੀ ਭਾਰਤ ਮਾਤਾ ਹੈ, ਸਾਡਾ ਤਿਰੰਗਾ ਝੰਡਾ ਹੈ, ਜਿਹਦੇ ਵਾਸਤੇ ਅਸੀਂ ਹਰ ਕੁਰਬਾਨੀ ਕਰ ਸਕਦੇ। ਸਰ ਫਿਰੋਜ਼ਪੁਰ ਭਾਰਤ ਮਾਤਾ ਦਾ ਝੰਡਾ ਜਿਹੜਾ ਹਮੇਸ਼ਾ ਉੱਚਾ ਰਹਿਣਾ ਚਾਹੀਦਾ। ਸਰ ਫਿਰੋਜ਼ਪੁਰ 'ਚ ਪਹਿਲਾਂ ਪਾਰਕਾਂ 'ਚ ਪਹਿਲਾਂ ਵੀ ਕਿੰਨੇ ਕਿੰਨੇ ਫੁੱਟ ਦੇ ਜਿਹੜੇ ਆ ਤਿਰੰਗੇ ਫਹਰਾਏ ਗਏ ਫਿਰੋਜ਼ਪੁਰ 'ਚ? ਅਸੀਂ ਫਿਰੋਜ਼ਪੁਰ ਦੇ ਵਿੱਚ ਜੀ ਇੱਕ ਬਾਬਾ ਨਾਮਦੇਵ ਵਾਲਾ ਚੌਂਕ ਹੈਗਾ, ਜਿੱਥੇ ਬਾਗੀ ਸਾਹਿਬ ਦਾ ਚੌਂਕ ਜਿਹਨੂੰ ਅਸੀਂ ਕਹਿੰਦੇ ਹੈਗੇ, ਉਸ ਪਾਰਕ ਦੇ ਵਿੱਚ ਵੀ ਅਸੀਂ 100 ਫੁੱਟ ਦਾ ਝੰਡਾ ਉੱਥੇ ਲਗਾਇਆ। SSP ਸਾਹਿਬ ਦੇ ਘਰ ਦੇ ਸਾਹਮਣੇ ਜਿਹੜਾ ਹੈਗਾ 120 ਫੁੱਟ ਦਾ ਝੰਡਾ ਲਗਾਇਆ, ਉਹ ਇਸ ਕਰਕੇ ਲਗਾਇਆ ਕਿ ਪਤਾ ਲੱਗੇ ਲੋਕਾਂ ਨੂੰ ਕਿ ਫਿਰੋਜ਼ਪੁਰ ਦਾ ਜਿਹੜੀ ਇੱਕ ਫਿਰੋਜ਼ਪੁਰ ਜਿਹੜਾ ਹੈਗਾ ਇੱਕ ਹੱਬ ਬਣ ਗਿਆ ਹੈਗਾ। ਇਸ ਕਰਕੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਇਹਦੇ ਤੋਂ ਕਿ ਅਸੀਂ ਆਪਣੇ ਦੇਸ਼ ਦੀ ਖਾਤਰ ਜੀਣਾ, ਦੇਸ਼ ਦੀ ਖਾਤਰ ਮਰਨਾ, ਦੇਸ਼ ਦੀ ਖਾਤਰ ਜਾਣਾ।